ਦਿਨ ਹੋ ਗਿਆ ਤੁਹਾਨੂੰ ਕਾਪੀ ਵੀ ਭੇਜੀ ਸੀਗੀ। ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ, ਤੁਸੀਂ ਮੈਨੂੰ ਦੱਸੋ ਕੀ ਪ੍ਰੋਬਲਮ ਹੈ। ਮੈਨੂੰ ਤਾਂ ਪੇਪਰ ਛੱਡੋ, ਤੁਸੀਂ ਆਪਣੀ ਪ੍ਰੋਬਲਮ ਦੱਸੋ। ਪ੍ਰੋਬਲਮ ਹੁਣ ਆਂਦੀ ਹੈ ਸਰ ਜੀ। ਠੀਕ ਹੈ, ਪ੍ਰੋਬਲਮ ਇਹ ਹੈ ਸਰ ਜੀ, ਮੈਂ ਨਾ ਤੁਹਾਨੂੰ ਇੱਕ ਪੇਪਰ ਭੇਜੇ, ਅਸੀਂ ਆਪਣੀ ਮੋਮ ਦਾ ਅਪਲਾਈ ਕੀਤਾ ਸੀਗਾ ਵਰਕ ਪਰਮਿਟ ਦੇ ਲਈ। ਓਕੇ, ਹਾਂਜੀ, ਤੇ ਨਾ ਉਹ ਸਾਨੂੰ ਕਹਿੰਦੇ ਮਤਲਬ 60-65 ਦਿਨ ਮਨ ਲੱਗਣੇ ਆ, ਤੇ ਹੁਣ ਓਕੇ, ਮੇਰੇ ਹਿਸਾਬ ਨਾਲ ਸਾਨੂੰ 3 ਮਹੀਨੇ ਹੋ ਚੁੱਕੇ ਆ, ਮੰਨ ਲਓ ਹਲੇ ਜਾਣੀ ਉਹਨੇ ਇੱਕ ਪੇਪਰ ਦਿੱਤਾ ਜੀ, ਉਹ ਤੁਹਾਨੂੰ ਮੈਂ ਕਾਪੀ ਭੇਜ ਦਿੱਤੀ, ਉਹਦੇ ਮਗਰੋਂ ਕਹਿੰਦੇ 60 ਦਿਨ ਤੁਹਾਨੂੰ ਵੇਟ ਕਰਨੀ ਪੈਣੀ ਆ। ਪਹਿਲੀ ਗੱਲ ਇਹ ਦੱਸੋ ਕਿ ਮੋਮ ਲਈ ਵਰਕ ਪਰਮਿਟ ਅਪਲਾਈ ਕਰ ਰਹੇ ਹੋ, ਮੋਮ ਤੁਹਾਡੇ ਕਿਹੜੇ ਬੇਸ ਤੇ ਕਰ ਰਹੇ ਹੋ ਵਰਕ ਪਰਮਿਟ ਅਪਲਾਈ? ਮੈਂ ਮੋਲ ਨਾ ਲੇਬਰ ਤੇ ਕਰ ਰਿਹਾ ਜਿੱਦਾਂ ਮੰਨ ਲਓ ਹੈਲਪਰ ਦੇ, ਹੈਲਪਰ ਦੇ ਲਈ। ਇੱਕ ਸੈਕਿੰਡ, ਤੁਹਾਡੇ ਮਦਰ? ਹਾਂਜੀ ਮੋਮ ਸਰ ਜੀ, ਉਹਨਾਂ ਮੈਂ ਤਾਂ ਉਹਨਾਂ ਪਾਣੀ ਆ ਸਰ ਜੀ, ਆ ਦੇਖ ਲਓ ਮੇਰਾ ਉਹਨਾਂ ਸਟੈਂਡ ਦੇ ਨਾਲ ਹੈ, ਮੈਂ ਬੋਕਰ ਦੇ ਨਾਲ ਮੇਰੇ ਸੱਟ ਲੱਗ ਗਈ ਸੀ ਦੁਬਈ ਗਿਆ। ਓਹੋ, ਅੱਛਾ, ਸੋ ਤੁਹਾਡੇ ਮਦਰ ਨੂੰ ਜੌਬ ਦਿੱਤੀ ਹੈ, ਲੇਬਰ ਦੀ ਜੌਬ ਹੈ, ਲੇਬਰ ਦੀ ਜੌਬ ਉਹਨਾਂ ਨੇ ਕਰਨੀ ਹੈ, ਮਤਲਬ ਕੀ ਉਹਨਾਂ ਦੀ ਉਮਰ ਕਿੰਨੀ ਹੈ? ਉਹਨਾਂ ਦੀ ਮੰਨ ਲਓ 55 ਸਾਲ ਦੀ ਉਮਰ ਹੈ ਸਰ ਜੀ, ਤੇ ਜੌਬ ਦੇ ਕੌਣ ਰਿਹਾ ਉਹਨਾਂ ਨੂੰ? ਬਿੱਲੀ ਡੋਸੀ ਤਰਨ ਤਾਰਨ ਹੈ ਜੀ, ਤੇ ਉਹਨੀ ਮੰਨ ਲਓ ਕਿ ਪਲੇਵੈਲ ਇੰਟਰਪ੍ਰਾਈਜ਼ ਲਿਮਿਟਡ ਕੰਪਨੀ ਆ ਕੈਨੇਡਾ ਦੇ ਵਿੱਚ। ਓਕੇ, ਜੌਬ 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 ਮੈਂ ਲੁਕਸ ਲਾਈਕ ਅ ਫਰਾਡ ਟੂ ਮੀ। ਜੌਬ ਤਨਖਾਹ ਕਿੰਨੀ ਹੈ? ਹਾਂਜੀ, ਤਨਖਾਹ ਕਿੰਨੀ ਹੈ? ਆਹ ਮੰਨ ਲਓ ਕਹਿੰਦੇ $748 ਮੰਨ ਲਓ ਮਹੀਨੇ ਤੁਹਾਨੂੰ ਹਫ਼ਤੇ ਦੇ। ਨਹੀਂ ਮਿਲ ਨਹੀਂ ਸਕਦੇ। ਤੇ ਜੌਬ ਕਰਨਾ ਕੀ ਹੈ? ਜੌਬ ਕੀ ਕਰਨਾ ਹੁੰਦਾ ਹੈ? ਜੌਬ ਦਾ ਮਤਲਬ ਕੀ, ਟਾਈਟਲ ਕੀ ਹੈ? ਜੌਬ ਡਿਊਟੀਜ਼ ਕੀ ਹੈ? ਟੋਇਜ਼ ਪੈਕਿੰਗ ਦੀ ਵਰਕ ਹੈ ਜੀ, ਟੋਇਜ਼ ਪੈਕਿੰਗ ਕਰਨੀ, ਮਤਲਬ ਪਲੇਵੈਲ ਮਤਲਬ ਜਿਹੜੀ ਇੰਟਰਪ੍ਰਾਈਜ਼ ਕੰਪਨੀ ਹੈ ਨਾ, ਤੁਸੀਂ ਜਾਣਦੇ ਹੋਵੋਗੇ ਸ਼ਾਇਦ, ਸਕਾਰਬੋ ਦੇ ਵਿੱਚ ਹੈ। ਨਹੀਂ ਮੈਂ ਜਾਣਦਾ ਤਾਂ ਨਹੀਂ ਹੈ, ਲੇਕਿਨ ਜਾਣਿਆ ਜਾ ਸਕਦਾ ਹੈ, ਕਰ ਲਾਂਗੇ ਇਨਵੈਸਟੀਗੇਸ਼ਨ। ਇਸੇ ਕਰਕੇ ਤਾਂ ਮੈਂ ਤੁਹਾਨੂੰ ਹੈਲਪ, ਇਸੇ ਕਰਕੇ ਤਾਂ ਸਰ ਹੈਲਪ ਮੰਗਦੇ ਆ ਮੈਂ ਤੁਹਾਡੇ ਤੋਂ, ਜਿੱਦਾਂ ਯੂਟਿਊਬ ਤੇ ਤੁਸੀਂ ਸੱਚ ਦੱਸਿਆ ਨਾ। ਪਰ ਹਾਂਜੀ, ਉਹੀ ਸੁਣ ਕੇ ਤਾਂ ਮੰਨ ਲਓ ਫੇਸਬੁੱਕ ਤਾਂ ਸਪੈਸ਼ਲੀ ਤੁਹਾਡੇ ਕਰਕੇ ਸਕਾਈਪ ਦੀ ਆਈਡੀ ਬਣਾਈ ਆ, ਮੰਨ ਲਓ ਮੈਂ ਯੂਜ਼ ਨਹੀਂ ਕਰਦਾ ਸਕਾਈਪ, ਤੁਹਾਡੇ ਕਰਕੇ ਸਪੈਸ਼ਲ, ਕਿਉਂਕਿ ਤੁਹਾਡੇ ਤੋਂ ਮੈਂ ਜਵਾਬ ਮੰਗਣਾ ਸੀ, ਮੈਨੂੰ ਇਹ ਪੁੱਛਣਾ ਸੀ ਮਤਲਬ ਫਰੋਡ ਆ ਜਾਂ ਕੀ ਆ ਹਿਸਾਬ ਕਿਤਾਬ, ਕਿਉਂ ਅਸੀਂ ਵੀ ਗਰੀਬ ਘਰ ਚੋਂ ਆ ਸਰ ਜੀ, ਜੋ ਕੁਛ ਡੈਡ ਮੇਰਾ ਮੇਰਾ ਹੈ ਨਹੀਂ, ਉਹਨਾਂ ਨੂੰ 25 ਸਾਲ ਹੋ ਗਏ ਆ। ਅੱਛਾ, ਹੋਰ ਹੋਰ ਕੌਣ ਹੋਰ ਕੌਣ ਹੋਰ ਕੌਣ ਹੈ ਕਰਜ਼ੇ, ਕੌਣ ਕੌਣ ਹੈ? ਸਰ ਮੈਂ ਤੇ ਮੇਰੀ ਮਮ ਹੈ, ਬਾਕੀ ਸਿਸਟਰ ਮੈਰਿਡ ਆ, ਜਾਨੀ ਛੋਟਾ ਬ੍ਰਦਰ ਆ ਉਹ ਅਲੱਗ ਰਹਿੰਦੇ ਆਪਣੇ, ਦੋਏ ਤੀਵੀਆਂ ਵੀ, ਮੈਂ ਪਾਈ ਜੀ ਮੇਰੇ ਮਤਲਬ 11 ਸਾਲ ਹੋ ਗਏ ਸੱਟ ਲੱਗੀ ਨੂੰ। ਸਰ ਜੀ ਕਮਾਲ ਹੋ ਗਿਆ, ਤੁਸੀਂ ਆਪਣੇ ਮਦਰ ਨੂੰ ਲੇਬਰ ਜੌਬ ਲਈ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਪਲਾਨ। ਨਹੀਂ ਕੀਤਾ ਪਤਾ ਕਿੱਦਾਂ, ਸਾਡੇ ਕੋਲ ਖੁਦ ਆਪਣਾ ਮਕਾਨ ਵੀ ਹੈ ਨੀ ਗਾ, ਇੱਕ ਸਾਡੇ ਮੰਨ ਲਓ ਮੇਰੇ ਸੱਟ ਲੱਗੇ ਘਰ ਦੇ ਕਹਿੰਦੇ ਚੱਲ ਬੰਦਾ ਥੋੜੇ ਬਹੁਤ 2 ਸਾਲ ਲਾ ਕੇ ਬੰਦਾ ਆਪਣਾ ਮਕਾਨ ਬਣਾ ਲੈਂਦਾ, ਆਪਣੇ ਕਹਿਣ ਜੋਗਾ ਹੁੰਦਾ, ਹੁਣ ਵੀ ਅਸੀਂ ਕਿਸੇ ਦੇ ਘਰ ਚ ਰਹਿੰਦੇ ਹਾਂ, ਉਹ ਵੀ ਕੈਨੇਡਾ ਹੀ ਆ ਰਹਿੰਦੇ ਜਿਨ੍ਹਾਂ ਦੇ ਘਰ ਚ ਅਸੀਂ ਰਹਿੰਦੇ ਸੀਗੇ। ਦੇਖੋ, ਓਕੇ ਓਕੇ ਓਕੇ, ਤੁਹਾਡਾ ਨਾਮ ਅਮਰਜੀਤ ਹੈ? ਅਮਰਜੀਤ ਸਿੰਘ ਜੀ। ਦੇਖੋ, ਤੁਹਾਡਾ ਨਾਮ ਅਮਰਜੀਤ ਹੈ, ਮੇਰਾ ਨਾਮ ਅਮਰਜੋਤ ਹੈ, ਤੁਸੀਂ ਅੱਜ ਕਾਲ ਕਰ ਰਹੇ ਹੋ, ਤਾਂ ਅੱਜ ਮੇਰੇ ਖਿਆਲ ਹੈ ਕਿ ਕਿਸਮਤ ਤੁਹਾਡੀ ਸਾਥ ਕਿਸਮਤ ਤੁਹਾਡਾ ਸਾਥ ਦੇ ਰਿਹਾ, ਕਿਉਂਕਿ ਅੱਜ ਬਚਾਅ ਹੋ ਜਾਣਾ। ਇਹ ਸਾਰਾ ਜੌਬ ਆਫਰ ਨਕਲੀ ਹੈ। ਜੋ ਜਿਹੜੇ ਦਿੱਲੀ ਦੇ ਜਿਹੜੇ ਵੀ ਕੰਸਲਟੈਂਟ ਹੈ ਨਾ, ਹਾਂਜੀ ਹਾਂ, ਉਹਨਾਂ ਨੂੰ ਤੁਸੀਂ ਮੇਰਾ ਨੰਬਰ ਦੇ ਦੇਣਾ, ਮੇਰਾ ਨਾਮ ਦੇ ਦੇਣਾ ਉਹਨਾਂ ਨੂੰ। ਅੱਛਾ ਅੱਛਾ, ਠੀਕ ਹੈ, ਜਾ ਸੁੱਕੇ ਤਰਨ ਤਾਰਨ ਦੇ ਉਹਨਾਂ ਨੂੰ ਤੁਸੀਂ ਮੇਰਾ ਨਾਮ ਤੇ ਫੋਨ ਨੰਬਰ ਤੁਹਾਡੇ ਕੋਲ ਆ ਚੁੱਕਿਆ, ਵਟਸਐਪ ਨੰਬਰ ਵੀ ਹੈ, ਤੁਸੀਂ ਉਹਨਾਂ ਨੂੰ ਬਸ ਇੰਨਾ ਕਹਿਣਾ ਕਿ ਬਈ ਮੈਨੂੰ ਡਾਇਰੈਕਟਲੀ ਕਾਲ ਕਰੋ, ਤੇ ਜੋ ਕੋਈ ਗੱਲਬਾਤ ਡਿਸਕਸ਼ਨ ਕਰਨਾ ਮੇਰੇ ਨਾਲ ਕਰੋ, ਤੇ ਫਿਰ ਮੈਂ ਫਿਰ ਉਹਨਾਂ ਨੂੰ ਜੋ ਮੈਂ ਕਹਿਣਾ ਉਹਨਾਂ ਨੂੰ ਮੈਂ ਕਹਿ ਦਿਆਂਗਾ। ਬਾਕੀ ਇਹ ਜੌਬ ਸਾਰਾ ਨਕਲੀ ਹੈ, ਦੇਖ ਲਿਆ ਮੈਂ ਤੁਹਾਡੇ ਕਾਗਜ਼, ਇਹ ਸਭ ਸਾਰੇ ਜੌਬ ਨਕਲੀ ਹੈ। ਤੇ ਅੱਛਾ ਹੋਇਆ ਕਿ ਤੁਸੀਂ ਬਚ ਗਏ ਫਰੋਡ ਜਾ ਕੇ, ਜਿਹੜਾ ਤੁਸੀਂ ਸਪਨਾ ਜਿਹੜਾ ਸੰਜੋ ਕੇ ਬੈਠੇ ਹੋ ਨਾ, ਕਿ 2 ਸਾਲ ਬਾਅਦ ਅਸੀਂ ਪੱਕੇ ਹੋ ਕੇ ਪੈਸੇ ਜਮ੍ਹਾਂ ਕਰਕੇ ਘਰ ਬਣਾਉਣਾ, ਇਸ ਤਰ੍ਹਾਂ ਕੁਛ ਨਹੀਂ ਹੋਣਾ। ਮਤਲਬ ਪੜ੍ਹੇ ਹੈ ਨਹੀਂ, ਸਾਡੇ ਡੈਡ ਦੀ ਡੈਥ ਹੋ ਗਈ ਉਹਦੇ ਕਾਰਨ, ਮੰਨ ਲਓ ਅਸੀਂ ਪੜ੍ਹ ਵੀ ਨਹੀਂ ਸਕੇ, ਬੰਦਾ ਜਦੋਂ ਪੜ੍ਹ ਲੈਂਦਾ ਤਾਂ ਥੋੜ੍ਹੀ ਬਹੁਤੀ ਜਾਣਕਾਰੀ ਹੋ ਜਾਂਦੀ। ਹਾਂ, ਨਹੀਂ ਇਹ ਸਾਰਾ ਹੈਲਪ ਹੋ ਸਕਦਾ ਤੁਸੀਂ ਕਰ
ਮਤਲਬ ਮਿਹਨਤ ਕਰਕੇ ਜਾਣੀ ਇੱਧਰ, ਮਤਲਬ ਬੰਦਾ ਕਰਜ਼ਾ ਲਾਹ ਦਿੰਦਾ ਆ, ਮਤਲਬ ਜਿਹੜੇ ਕੰਮ ਦੇ ਮਤਲਬ ਪੈਸੇ ਪੂਸੇ ਲੱਗੂ, ਤੁਸੀਂ ਮਤਲਬ ਲਿਖਿਆ ਨਾ ਆਫਟਰ ਵੀਜ਼ਾ ਮਤਲਬ ਫੀਸ ਲੱਗਦੀ ਆ ਆਪਣੀ ਤੁਹਾਡੀ ਦੀ, ਪੇਪਰ ਨਹੀਂ ਅਪਲਾਈ ਨਹੀਂ ਕਰਨ ਨਹੀਂ ਤੁਹਾਡੇ ਨਾ ਕੋਲੇ? ਉਹ ਨਹੀਂ, ਮੈਂ ਨਹੀਂ ਕੰਮ ਕਰਦਾ ਸਰ ਜੀ, ਇਹ ਵਰਕ ਪਰਮਿਟ ਦਾ ਜਿਹੜਾ ਇਹ ਜੋਬ ਅਰੇਂਜ ਕਰਨਾ ਵਾਲਾ, ਇਹ ਸਭ ਕੰਮ ਮੇਰਾ, ਮੇਰੇ ਬਸ ਤੇ ਗੱਲ ਨਹੀਂ ਹੈ, ਮੈਂ ਨਹੀਂ ਕਰਦਾ ਇਸ ਚੀਜ਼ ਨੂੰ। ਬਾਕੀ ਮੈਂ ਤੇ ਹੋਰ ਕੰਮ ਵੀ ਕਰਦਾ, ਐਕਚੁਅਲੀ ਅਪੀਲ ਕਰਨੀ ਹੈ, ਲਿਟੀਗੇਸ਼ਨ ਹੈ, ਹੋਰ ਕਿਸੇ ਨੇ ਜਿਸ ਤਰ੍ਹਾਂ ਸਪਾਊਸ ਹੈ, ਵਰਕ ਪਰਮਿਟ, ਉਹ ਮੈਂ ਕਰਦਾ। ਲੇਕਿਨ ਜਿਹੜੇ ਜਿਹੜਾ ਤੁਸੀਂ ਇਹ ਸੋਚ ਕੇ ਬੈਠੇ ਹੋ ਕਿ ਉੱਥੋਂ ਜੋਬ ਆਫਰ ਮਿਲੇਗਾ, ਜੋਬ ਆਫਰ ਲੈ ਕੇ ਫਿਰ ਪਹਿਲਾਂ ਤਾਂ LMIA ਦੀ ਲੋੜ ਹੈ, ਉਹ ਸਾਰਾ ਮੈਂ ਨਹੀਂ ਡੀਲ ਕਰਦਾ, ਕਿਉਂਕਿ ਇਹਦੇ ਵਿੱਚ ਪੈਸੇ ਦਾ ਹੇਰ ਫੇਰ ਬਹੁਤ ਹੁੰਦਾ ਹੈ, ਤੇ ਮੈਂ ਨਹੀਂ ਡੀਲ ਕਰਦਾ ਇਸ ਚੀਜ਼ ਨੂੰ। ਤੁਸੀਂ ਐਨੀਵੇ ਫੋਰ ਨਾਓ, ਹਾਂ ਜਿਹੜਾ ਸਾਡੇ ਨਾਲ ਹੇਰਾ ਫੇਰੀ ਕਰ ਜਾਂਦੇ ਆ, ਨਹੀਂ ਚਲੋ ਇਟਸ ਓਕੇ। ਤੁਸੀਂ ਇਸ ਵਕਤ ਇਮੀਡੀਏਟਲੀ ਉਹਨਾਂ ਨੂੰ ਤਰਨ ਤਾਰਨ ਵਾਲੇ ਕੰਸਲਟੈਂਟ ਨੂੰ ਕਹਿਣਾ ਕਿ ਬਈ ਜੋ ਵੀ ਕੋਈ ਗੱਲਬਾਤ ਕਰਨੀ ਹੈ ਜੋਬ ਆਫਰ ਬਾਰੇ ਜਾਂ ਪੈਸੇ ਦੇ ਬਾਰੇ ਜਾਂ ਜੋ ਵੀ ਕੋਈ ਹੈ, ਐਨੀਥਿੰਗ ਦੇ ਦੇਣੀ ਉਹਨਾਂ ਨੂੰ, ਜੋ ਵੀ ਰਿਕੁਆਇਰਮੈਂਟ ਹੈ ਉਹਨਾਂ ਨੂੰ ਕਹਿਣਾ ਮੈਨੂੰ ਕਾਲ ਕਰੇ ਹੁਣੇ ਅਗਰ ਕਰ ਸਕਦੇ ਹੈ, ਤੇ ਫਿਰ ਮੈਂ ਉਹਨਾਂ ਨੂੰ ਡੀਲ ਕਰਦਾ। ਨਾਮ ਨਾਮ ਕੀ ਕੰਸਲਟੈਂਟ ਦਾ, ਪੂਰਾ ਨਾਮ, ਕੋਈ ਐਡਰੈਸ ਸੁਣਾਓ, ਦੱਸੋਗੇ? ਉਹਨਾਂ ਦਾ ਨਾਮ ਹੈਗਾ ਬ੍ਰਿਲਿਅੰਟ ਓਵਰਸੀਜ਼ ਕੰਸਲੇਸ਼ਨ, ਮੈਨੂੰ ਮਗਲੀ ਲਾਈਨ ਨਹੀਂ ਆਉਂਦੀ ਹੈ, ਮਤਲਬ ਬ੍ਰਿਲਿਅੰਟ ਓਵਰਸੀਜ਼ ਆ ਤਰਨ ਤਾਰਨ। ਕੌਣ ਹੈ ਉਹਨਾਂ ਦਾ ਜਿਹੜਾ ਮੇਨ ਬੌਸ, ਹੈਡ ਕੌਣ ਹੈ ਜਿਹੜਾ ਕੰਸਲਟੈਂਟ? ਉਹਨਾਂ ਦਾ ਮੇਨ ਇੱਕ ਤਾਂ ਆਸ਼ੀਸ਼ ਗਿੱਲ ਹੈ। ਅੱਛਾ 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 ਹਾਂਜੀ, ਬਾਕੀ ਉਹਨਾਂ ਤੋਂ ਜਿਹੜੇ ਡਾਊਨ ਆ ਉਹ ਹੈਗੇ ਅਮਨ, ਮਤਲਬ ਇੱਕ ਮੁੰਡਾ ਆ ਅਮਨ ਜਾਣੀ, ਇੱਕ ਮਨਦੀਪ ਕੌਰ ਆ ਮੈਡਮ, ਉਹ ਤੋਂ ਡਾਊਨ ਸੀਮਾ ਆ ਜਾਣੀ, ਜਿਹਨਾਂ ਦੇ ਪੇਪਰ ਦੇ ਵਿੱਚ ਐਡ ਆਉਂਦੀ ਆ ਉਹ ਸੀਮਾ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸੀਮਾ ਨੂੰ ਵੀ ਕਹਿ ਦੇਣਾ, ਬਾਕੀ ਨੂੰ ਵੀ ਕਹਿ ਦੇਣਾ ਕਿ ਜੋ ਕੁਝ ਗੱਲ ਕਰਨੀ ਹੈ ਮੈਨੂੰ, ਮੇਰੇ ਨਾਲ ਡਾਇਰੈਕਟਲੀ ਗੱਲ ਕਰੋ, ਤੇ ਮੈਨੂੰ ਨਹੀਂ ਲੱਗਦਾ ਕਿ ਇਸ ਵਕਤ ਤੁਸੀਂ ਕੋਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਹੈ, ਇਸ ਵਕਤ ਥੋੜਾ ਜਿਹਾ ਠਹਿਰ ਜਾਓ ਤੁਸੀਂ, ਠੀਕ ਹੈ? ਚਲੋ ਕੋਈ ਗੱਲ ਨਹੀਂ, ਤੁਸੀਂ ਚਲੋ ਹੁਣ ਕੰਮ ਕਰ ਲਓ। ਨਹੀਂ ਬਾਕੀ ਸਾਰਾ ਮੈਨੂੰ ਅਸਲ ਚੀਜ਼ ਨਜ਼ਰ ਨਹੀਂ ਆ ਰਹੀ, ਇਸ ਕਰਕੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੋੜਾ ਜਿਹਾ ਰੋਕ ਦਿਓ, ਠੀਕ ਹੈ ਜੀ? ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਨਹੀਂ ਮੈਨੂੰ ਅਸਲੀਅਤ ਨਜ਼ਰ ਨਹੀਂ ਆ ਰਹੀ ਕੋਈ, ਅਗਰ ਜੇ ਕੋਈ ਅਸਲੀਅਤ ਹੈ ਉਹਨਾਂ ਨੂੰ ਕਹਿਣਾ ਮੈਨੂੰ ਮੈਨੂੰ ਕਾਲ ਕਰੋ ਡਾਇਰੈਕਟਲੀ, ਠੀਕ ਹੈ ਸਰ ਜੀ? ਜਾਣਕਾਰੀ ਪਾਉਂਦੇ ਆ ਸਰ ਜੀ ਉਹ ਸਾਰੇ ਗੂਗਲ ਤੇ, ਤੁਹਾਡੇ ਨਾਮ ਤੇ ਮੈਂ ਕੰਪਨੀ ਹੁਣੇ ਬਣਾ ਦੇਣਾ, ਕੋਈ ਤੁਹਾਡੇ ਨਾਮ ਅਮਰਜੀਤ ਅਮਰਜੀਤ ਐਨ ਕੰਪਨੀ, ਅਮਰਜੀਤ ਕੰਪਨੀ ਵੀ ਲੀਗਲ ਹੋ ਜਾਏਗੀ। ਗੂਗਲ ਦਾ ਮਤਲਬ ਇਹ ਥੋੜੀ ਕਿ ਨਹੀਂ, ਓਕੇ ਚਲੋ, ਥੈਂਕ ਯੂ ਕਰੋ, ਥੈਂਕ ਯੂ ਡਿਸਟਰਬ ਕੀਤਾ 2:30 ਵਜੇ ਹੁਣੇ, ਮੈਨੂੰ ਲੱਗਦਾ ਇਸ ਟਾਈਮ ਤੁਹਾਡੀ ਨੀਂਦ ਵੀ ਖਰਾਬ ਕੀਤੀ। ਨਹੀਂ ਮੈਂ ਤਾਂ ਇੰਡੀਆ ਇਸ ਵੇਲੇ ਆਇਆ ਹੋਇਆ, ਤੇਰੇ ਕੋਲ ਆਵਾਜ਼ ਆ ਰਹੀ ਹੈ, ਮੈਂ ਤਾਂ ਇੰਡੀਆ ਬੈਠਾ। ਠੀਕ ਹੈ ਸਰ ਜੀ, ਓਕੇ, ਥੈਂਕ ਯੂ ਸੋ ਮਚ ਸਰ ਜੀ, ਥੈਂਕ ਯੂ।